ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਪਿੰਡ ਪੰਜਾਬ ਦੇ ਚੈਨਲ 'ਤੇ ਤੁਹਾਡਾ ਸਵਾਗਤ ਹੈ। ਉਮੀਦ ਕਰਦੇ ਹਾਂ ਜੀ ਸਾਰੇ ਠੀਕ ਹੋਵੋਗੇ, ਵਧੀਆ ਹੋਵੋਗੇ। ਲਓ ਜੀ, ਬਰਾਂਡੇ ਦੇ ਵਿੱਚੋਂ ਆਪਾਂ ਸਾਰਾ ਸਮਾਨ ਹੈ ਜਿਹੜਾ ਚੱਕ ਦਿੱਤਾ ਹੈਗਾ, ਅਤੇ ਕਿਉਂਕਿ ਇਹ ਜਾਲੀ ਪੱਟਣੀ ਹੈਗੀ, ਹੋ ਸਕਦਾ ਜੀ ਇਹ ਲੈਂਟਰ ਵੀ ਢਾ ਦਿੱਤਾ ਜਾਵੇ, ਪਰ ਪਤਾ ਨਹੀਂ ਇਹ ਫਿਰ ਢਾਉਣਗੇ ਜਾਂ ਹੁਣ ਢਾਉਣਗੇ। ਇੱਕ ਵਾਰੀ ਸਾਡੇ ਤੋਂ ਵਿਹਲਾ ਕਰਵਾ ਲਿਆ, ਕਹਿੰਦੇ ਇੱਥੋਂ ਤੁਸੀਂ ਸਾਰਾ ਸਮਾਨ ਚੱਕ ਦਿਓ, ਅਤੇ ਇੱਥੇ ਜਿੰਨਾ ਵੀ ਆਪਾਂ ਸਮਾਨ ਪਿਆ ਸੀ ਸਾਰਾ ਕਮਰੇ ਦੇ ਵਿੱਚ ਰੱਖ ਦਿੱਤਾ ਹੈਗਾ। ਅਤੇ ਇਹ ਆਪਾਂ ਹੁਣ ਜਾਲੀ ਹੈ ਜਿਹੜੀ ਜਾਲੀ ਪੱਟੀ ਜਾਊਗੀ, ਲੈਂਟਰ ਦਾ ਅਜੇ ਪੱਕਾ ਪਤਾ ਨਹੀਂ ਕੀ ਬਣੂਗਾ ਜੀ। ਬਾਹਰ ਇੱਧਰ ਇੱਕ ਬੀਮ ਆਪਣਾ ਇਸ ਤਰ੍ਹਾਂ ਲੱਗ ਚੁੱਕਿਆ ਜੀ, ਦੂਸਰਾ ਇੱਥੇ ਲੱਗੂਗਾ। ਨਾਲ ਨਾਲ ਤੁਹਾਨੂੰ ਅਪਡੇਟ ਦਿੰਦੇ ਰਹਾਂਗੇ, ਹੈ ਨਾ, ਜਿਵੇਂ ਜਿਵੇਂ ਆਪਣਾ ਘਰ ਬਣੀ ਜਾਊਗਾ ਤੁਹਾਨੂੰ ਦਿਖਾਈ ਜਾਵਾਂਗੇ। ਇਹ ਆਪਣਾ ਬੁਟੀਕ ਵਾਲਾ ਰੂਮ ਬਣੂਗਾ, ਸਭ ਤੋਂ ਪਹਿਲਾਂ ਬੁਟੀਕ ਬਣੂਗਾ ਜਿਹੜੀ ਇਹ ਇੱਥੇ ਰੱਖੀ ਹੋਈ ਹੈ। ਇੱਥੇ ਆਪਣਾ ਬੁਟੀਕ ਦਾ ਗੇਟ ਆਊਗਾ, ਠੀਕ ਹੈ। ਅਤੇ ਇਹ ਵਾਲੀ ਜਗ੍ਹਾ ਜਿਹੜੀ ਇਹ ਆਪਣੇ ਉਹ ਦੂਸਰੇ ਘਰ ਨੂੰ ਐਂਟਰੀ ਰਹਿ ਜੂਗੀ। ਇੱਧਰ ਊਂ ਇਹਦੇ ਉੱਪਰ ਲੈਂਟਰ ਤਾਂ ਪਾ ਦਾਂਗੇ, ਪਰ ਉੱਧਰ ਨੂੰ ਗੇਟ ਉਹ ਰਹੂਗਾ, ਓਪਨ ਏਰੀਆ ਰਹੂਗਾ ਇਹ ਸਾਰਾ, ਕੋਈ ਗੰਦਾ ਗੁੰਦਾ ਨਹੀਂ ਮਾਰਦੇ ਹੈਗੇ। ਲਓ ਜੀ, ਅੰਦਰ ਭੀੜ ਕਚੀੜ ਬਹੁਤ ਜ਼ਿਆਦਾ ਹੋ ਜੂਗੀ, ਅਜੇ ਸੈਟਿੰਗ ਮਨਵੀਰ ਅੰਦਰ ਕੱਪੜਾ ਜਿਹੜਾ ਕੰਮ ਵੀ ਆ। ਦੋ ਕੁਰਸੀਆਂ ਇੱਥੇ ਰੱਖ ਦਿੱਤੀਆਂ ਨੇ, ਅਤੇ ਜੱਸੀ ਇਹਨੂੰ ਚਰਨਜੀਤ ਨੂੰ ਲੈ ਗਏ ਸੀ ਪਹਿਲਾਂ ਅੰਦਰ ਚੱਕ ਕੇ, ਆਹ ਵੀ ਪਤਾ ਕੀਤੀ ਇੱਥੇ ਜਾਣੀ ਗਲੀ ਗੁਲੀ ਕੱਢਣੀ ਸੀ ਕੋਈ, ਸਾਨੂੰ ਵੀ ਅਸੀਂ ਇੱਦਾਂ ਨਹੀਂ ਪਤਾ ਲੱਗਦਾ ਇੱਥੋਂ ਦੀ ਗਲੀ ਕੱਢੀ ਹੈ। ਮਨਵੀਰ ਲੱਗੀ ਹੋਈ ਆ ਕੱਪੜਾ ਰੀੜਾ ਸਾਂਭਣ, ਹੁਣ ਸਾਰੇ ਆਹ ਕਮਰੇ 'ਚ ਭੀੜ ਪੈ ਜੂਗੀ। ਇੱਥੇ ਦੀਵਾਨ ਬੈੱਡ ਵੀ ਇੱਥੇ ਆ ਗਿਆ, ਇੱਧਰ ਬੈੱਡ ਕਰਤਾ, ਅਤੇ ਸੋਫੇ ਨੇ ਜਿਹੜੇ ਇੱਧਰ ਆ ਗਏ। ਹੁਣ ਇਹ ਸਾਰੀ ਅਲਮਾਰੀਆਂ ਅਲਮੂਰੀਆਂ ਸੈੱਟ ਕਰੀਆਂ ਨੇ, ਕੱਪੜੇ ਚੱਕਦੀਆਂ ਨੇ। ਮੈਂ ਲਿਆਉਣੀ ਆ ਜੀ ਸਬਜ਼ੀ ਕੱਟ ਕੇ, ਟਾਈਮ ਹੋ ਗਿਆ 12:15 ਦਾ, ਮਾਸਟਰ ਜੀ ਆ ਜਾਣਗੇ ਸਕੂਲੋਂ, ਬੱਚੇ ਆ ਜਾਣਗੇ, ਫਿਰ ਆਪਾਂ ਖੇਤ ਤੋਂ ਗਾਜਰਾਂ ਪੱਟ ਲਿਆਈਏ, ਫਿਰ ਮਿਲਦੇ ਆ ਤੁਹਾਨੂੰ ਥੋੜ੍ਹੀ ਦੇਰ 'ਚ, ਠੀਕ ਹੈ। ਆਪਣੀ ਬਰੌਕਲੀ ਬਹੁਤ ਸੋਹਣੀ ਹੋਈ ਹੋਈ ਆ, ਬੱਚਿਆਂ ਨੇ ਤਾਂ ਨੱਕ ਮਾਰ ਕੇ ਖਾਣੀ ਆ, ਮੈਂ ਹੀ ਖਾਊਂਗੀ ਇਹਨੂੰ ਸਟੀਮ ਕਰ ਕਰਕੇ। ਆਹ ਦੇਖੋ ਕਿੰਨੀ ਸੋਹਣੀ ਬਰੌਕਲੀ ਹੋ ਗਈ ਹੈ, ਇਹ ਲੈਟਸ ਆਪਣਾ, ਆਹ ਦੇ ਗਾਜਰਾਂ ਯਾਰ ਕਿੱਧਰ ਭੇਜੇ ਫਿਰਦਾ ਤੂੰ, ਆਹ ਲੈਟਸ ਹੋਇਆ ਜਿਹੜਾ ਗੁੱਡਣ ਕਰਨ ਵਾਲਾ ਪਹਿਲੇ ਨਵੀਂ ਮੇਥੇ ਲਾਈ ਸੀ ਜਿਹੜੀ ਹੋ ਗਈ। ਚੱਕ ਕੇ ਲਿਆਂਦੀ ਹੋਈ ਕਹੀ ਕੁੜੀ ਮਿੰਟ ਚ ਨਿਕਲ ਜਾਂਦੀ। ਸਾਡੀ ਜਿਹੜੀ ਮਿੱਟੀ ਆ ਨਾ ਉਹ ਇਹ
ਬਹੁਤ ਜ਼ਿਆਦਾ ਕਾਲੀ ਚੀਕਣੀ ਮਿੱਟੀ ਹੈ, ਚੋਂ ਛੇਤੀ ਪੱਟੀ ਨਹੀਂ ਜਾਂਦੀਆਂ ਗਾਜਰਾਂ ਗੁਜਰਾਂ, ਰੇਸਲੀ ਮਿੱਟੀ 'ਚ ਤਾਂ ਫੜਿਆ ਆ ਜਾਂਦੀ ਹੈਗੀ ਖਿੱਚੀ ਤੋਂ ਪੜ੍ਹਨ ਗਿਰੀ ਪ੍ਰਹੁਰਾਂ ਦੇ ਪੇਪਰ ਚੱਲ ਰਹੇ ਨੇ, ਮਨਵੀਰ ਦੀ ਤਾਂ ਪੜ੍ਹਾਈ ਕੰਪਲੀਟ ਹੈ। ਇੱਕ ਨਾ ਪਤਾ ਤਾਂ ਇਹ ਗੜੇ ਪਏ ਨੇ ਜਿਹੜੇ, ਇਹਨਾਂ ਕਰਕੇ ਮੌਸਮ ਠੰਡਾ ਹੋ ਗਿਆ। ਇੱਧਰਲੀ ਸਾਈਡ ਕਹਿੰਦੇ ਨੇ ਕਾਫੀ ਮੀਂਹ ਪੈ ਗਿਆ, ਗੜੇ ਪਏ ਨੇ। ਆਪਣਾ ਜਿਹੜੀ ਮੂਣਕ ਮਾੜੀ ਬੰਦ ਕਰੇ ਬਾਅਦ ਮੂਣਕ ਵਾਲੀ ਸਾਈਡ ਹੈ ਜੀ, ਇੱਥੇ ਕਹਿੰਦੇ ਨੇ ਫਸਲਾਂ ਖਰਾਬ ਕਰਤੀਆਂ। ਇਹ ਏਰੀਏ 'ਤੇ ਨਾ ਭਾਰ ਹੀ ਰਹਿੰਦਾ ਹੈਗਾ, ਪਹਿਲਾਂ ਉਹਨੇ ਡਬੋਤੀਆਂ ਜਦੋਂ ਹੜ੍ਹ ਆਏ ਨੇ ਉਹ ਨਾਲੀ ਚੜ੍ਹ ਗਈ ਸੀ, ਉਦੋਂ ਸਾਰੀਆਂ ਜੀਰੀਆਂ ਡੁੱਬ ਗਈਆਂ ਸੀ, ਹੁਣ ਕਣਕ ਗੜਿਆਂ ਨੇ ਖਰਾਬ ਕਰਤੀ। ਪਤਾ ਨਹੀਂ ਕੀ ਬਣੂਗਾ, ਕਿਸਾਨਾਂ 'ਤੇ ਇੰਨਾ ਜ਼ਿਆਦਾ ਭਾਰ ਹੈ ਜੀ। 6 ਮਹੀਨੇ ਆਪਾਂ ਹੁਣ ਆਪਣੀ ਫਸਲ ਦੇ ਉੱਪਰ ਪੂਰਾ ਮਿਹਨਤ ਕਰਦੇ ਹਾਂ ਵੀ 4 ਪੈਸੇ ਆ ਜਾਣਗੇ, ਕੋਈ 4 ਪੈਸੇ ਸਾਡੇ ਹੱਥ 'ਚ ਆ ਜਾਣਗੇ, ਅਤੇ ਉਸ ਤਾਂ ਐਂ ਕੁਦਰਤੀ ਮਾਰ ਪੈ ਜਾਂਦੀ ਹੈ। ਇੱਕ ਸਰਕਾਰ ਦਾ ਕੀ ਕਰੀਏ, ਇੱਕ ਸਰਕਾਰ ਸਾਡੇ ਜੜ੍ਹਾਂ ਦੇ ਵਿੱਚ ਬੈਠ ਗਈ ਆ। ਅੱਜ ਤਾਂ ਬਹੁਤ ਜ਼ਿਆਦਾ ਮਾਹੌਲ ਖਰਾਬ ਹੈ, ਕਾਫੀ ਕਿਸਾਨ ਵੀਰਾਂ ਦੇ ਸੱਟਾਂ ਲੱਗੀਆਂ, ਅਤੇ ਮੁੰਡਿਆਂ ਦੇ 2 ਬਜ਼ੁਰਗ ਸੀ ਪਹਿਲਾਂ ਜੀ ਜਿਹੜੇ, ਉਹ ਸ਼ਹੀਦ ਹੋ ਗਏ ਨੇ। ਇੱਧਰ ਕੋਈ ਮੁੰਡਾ ਸੀ ਜੀ ਬਠਿੰਡੇ ਦਾ, ਉਹਦੇ ਗੋਲੀ ਲੱਗੀ, ਉਹ ਕਹਿੰਦੇ ਨੇ ਵੀ ਪੂਰਾ ਹੋ ਗਿਆ। ਸੱਚੀ ਐਂ ਗੱਲਾਂ ਸੁਣ ਕੇ ਨਾ ਦਿਲ ਘੱਟਦਾ ਗਾ, ਮੈਨੂੰ ਐਂ ਸਮਝ ਨਹੀਂ ਆਉਂਦੀ ਵੀ ਜਿੰਨੀ ਉਹਨਾਂ ਨੇ ਫੋਰਸ ਲਾਈ ਹੈ, ਜਿੰਨਾ ਉਹ ਖਰਚਾ ਕਰ ਰਹੇ ਨੇ। ਇੱਕ ਪਾਸੇ ਕਹਿਣ ਨੂੰ ਗੱਲ ਆਉਂਦੀ ਹੈ ਵੀ ਇਹ ਲੋਕਤੰਤਰ ਹੈ ਜੀ, ਤੁਸੀਂ ਆਪਣੀ ਆਵਾਜ਼ ਰੱਖ ਸਕਦੇ ਹੋ, ਤੁਹਾਡੇ ਲਈ ਸੰਵਿਧਾਨ ਬਣਿਆ ਹੋਇਆ, ਪਰ ਕਿਹੜੇ ਸੰਵਿਧਾਨ ਦੇ ਵਿੱਚ ਲਿਖਿਆ ਹੋਇਆ ਵੀ ਅਸੀਂ ਧਰਨਾ ਨਹੀਂ ਲਾ ਸਕਦੇ? ਤੁਸੀਂ ਅਸੀਂ ਜੇ ਕੋਈ ਵੀ ਆਪਾਂ ਰੌਲਾ ਪਾਉਂਦੇ ਨੇ ਕਿਸਾਨ ਜਾਂ ਫਿਰ ਕੋਈ ਗੱਲ ਕਹਿਣ, ਉਹਨਾਂ ਨੂੰ ਸ਼ਾਂਤਮਈ ਧਰਨਾ ਉਹਨਾਂ ਨੂੰ ਲਾਉਣ ਦੇਣ, ਉੱਥੇ ਬੈਠਣ ਦੇਣ, ਪਹਿਲੀ ਕਿਉਂ ਸਾਡੇ ਨੇ ਸਾਨੂੰ ਰੋਕ ਕੇ ਰੱਖਿਆ ਹੋਇਆ ਹੈਗਾ? ਉੱਥੇ ਤੱਕ ਜਾਣ ਹੀ ਨਹੀਂ ਦੇ ਰਹੇ, ਦਿੱਲੀ ਤੱਕ ਜਾਣ ਹੀ ਨਹੀਂ ਦੇ ਰਹੇ, ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਜੀ। ਵਾਹਿਗੁਰੂ ਸੁੱਖ ਰੱਖੇ, ਪਤਾ ਨਹੀਂ ਸੁੱਖ ਤਾਂ ਕਿਹੜੀ ਆ ਹੁਣ, ਹੈ ਨਾ, ਕਿਸੇ ਦੇ ਘਰ ਦਾ ਚਿਰਾਗ ਬੁਝ ਗਿਆ, ਸੁੱਖ ਕੀ ਰਹਿ ਗਈ, ਪਿੱਛੇ ਕੋਈ ਸੁੱਖ ਨਹੀਂ ਰਹੀ, ਪਤਾ ਨਹੀਂ ਕਿਵੇਂ ਠੀਕ ਹੋਊਗਾ। ਅਤੇ ਇੱਕ ਗੱਲ ਹੋਰ ਮੈਂ ਕਹਿਣੀ ਆ ਕਿ ਤੁਸੀਂ ਮੇਰੀਆਂ ਵੀਡੀਓ ਦੇਖਦੇ ਹੋ ਸਾਰੇ ਜਾਣੇ, ਧੰਨਵਾਦ ਆ, ਠੀਕ ਹੈ, ਪਰ ਪਲੀਜ਼ ਕੋਈ ਵੀ ਮੇਰੇ ਵੀਡੀਓ ਦੇ ਥੱਲੇ ਆ ਕੇ ਕਿਸਾਨ ਦੇ ਵਿਰੁੱਧ ਕਮੈਂਟ ਨਾ ਕਰਿਆ ਕਰੋ। ਮੈਂ ਤੁਹਾਨੂੰ ਕਹਿ ਦਿੰਦੀ ਹਾਂ ਪਹਿਲਾਂ ਹੀ, ਪੰਜਾਬ ਦੇ ਵਿਰੁੱਧ ਅਤੇ ਕਿਸਾਨ ਦੇ ਵਿਰੁੱਧ ਕਮੈਂਟ ਨਾ ਕਰਿਆ ਕਰੋ, ਮੈਂ ਤੁਹਾਨੂੰ ਬਲੌਗ 'ਚ ਪਾ ਦੇਣਾ। ਮੈਂ ਤੁਹਾਨੂੰ ਸਿੱਧੀ ਗੱਲ ਕਹਿਣੀ ਹੈ ਜੀ, ਤੁਸੀਂ ਮੈਨੂੰ ਦੇਖਦੇ ਹੋ ਜੀ, ਪਿਆਰ ਕਰਦੇ ਹੋ, ਚੰਗੀ ਗੱਲ ਹੈ, ਪਰ ਸਭ ਤੋਂ ਪਹਿਲਾਂ ਮੈਂ ਬਲੌਗਰ ਬਾਅਦ ਦੇ ਵਿੱਚ ਹਾਂ, ਅਸੀਂ ਕਿਸਾਨ ਹਾਂ ਸਭ ਤੋਂ ਪਹਿਲਾਂ, ਅਤੇ ਕਿਸਾਨ ਦੀ ਸਪੋਰਟ ਦੇ ਵਿੱਚ ਖੜ੍ਹੇ ਹਾਂ। ਅਗਰ ਤੁਸੀਂ ਕੋਈ ਵੀ ਕਿਸਾਨੀ ਦੇ ਵਿਰੁੱਧ, ਖੇਤੀ ਦੇ ਵਿਰੁੱਧ ਜਾਂ ਪੰਜਾਬ ਦੇ ਤੁਸੀਂ ਵਿਰੁੱਧ ਕੋਈ ਗੱਲ ਕਰੋਗੇ, ਫਿਰ ਮੈਥੋਂ ਬਰਦਾਸ਼ਤ ਨਹੀਂ ਹੋਣਾ, ਮੈਂ ਤੁਹਾਨੂੰ ਇੱਕ ਵਾਰ ਕਹਿ ਦਿੰਦੀ ਹਾਂ। ਕਈ ਵਾਰ ਹੋਇਆ, ਮੈਂ ਹੁਣ ਤੱਕ ਇਗਨੋਰ ਕਰਦੀ ਆ ਰਹੀ ਸੀ ਵੀ ਚਲੋ ਕੋਈ ਗੱਲ ਨਹੀਂ ਲਿਖਤਾ, ਮੈਂ ਚੁੱਪ ਕਰਕੇ ਰਿਮੂਵ ਕਰ ਦਿੰਦੀ ਸੀ, ਪਰ ਧਿਆਨ ਨਾਲ ਕਮੈਂਟ ਕਰੀਦਾ ਹੁੰਦਾ, ਪਿੱਛੇ ਜੇ 4-5 ਕਮੈਂਟ ਕਰਿਓ ਬੰਦੇ ਨੇ, ਮੇਰਾ ਜੀ ਕਰਦਾ ਸੀ ਵੀ ਮੈਂ ਉੱਪਰ ਹੈ ਨਾ ਉਹ ਕਰਦਾ, ਪਿੰਨ ਕਰਦਾ ਵੀ ਤੁਸੀਂ ਪੰਜਾਬ ਦੇ ਲਈ, ਤੁਸੀਂ ਪੰਜਾਬੀਆਂ ਦੇ ਲਈ ਇੰਨੀ ਜ਼ਹਿਰ ਆਪਣੇ ਮਨ ਦੇ ਵਿੱਚ ਘੋਲੀ ਬੈਠੇ ਹੋਗੇ। ਠੀਕ ਹੈ, ਬਲੌਗਰ ਅਸੀਂ ਹੈਗੇ ਹਾਂ, ਬਲੌਗ ਪਾਉਂਦੇ ਹਾਂਗੇ, ਇਹ ਵੀ ਸਾਡਾ ਕੰਮ ਆ, ਪਰ ਸਭ ਤੋਂ ਪਹਿਲਾਂ ਅਸੀਂ ਕਿਸਾਨ ਹਾਂ, ਕਿਸਾਨਾਂ ਦੇ ਨਾਲ ਖੜ੍ਹੇ ਹਾਂਗੇ, ਖੇਤੀ ਅਸੀਂ ਕਰਦੇ ਹਾਂ, ਸਾਡਾ ਜੱਦੀ ਪੁਸ਼ਤੀ ਧੰਦਾ, ਸਰਕਾਰ ਸਾਨੂੰ ਕੋਈ ਨੌਕਰੀਆਂ ਨਹੀਂ ਦੇ ਰਹੀ, ਅੱਗੇ ਵੀ ਸਾਡੇ ਬੱਚਿਆਂ ਨੇ ਖੇਤੀ ਕਰਨੀ ਹੈ। ਮਾਸਟਰ ਜੀ ਨੇ ਇੰਨੇ ਪੜ੍ਹੇ ਲਿਖੇ ਨੇ, ਕਿੰਨੀ ਕੁਝ ਕੀ ਕਰ ਲੈਣਗੇ, ਉਹ ਜਿੰਨੀ ਕੁ ਤਨਖਾਹ ਸਰਕਾਰ ਦਿੰਦੀ ਹੈ ਕੀ ਹੁੰਦਾ ਉਹਦੇ ਨਾਲ? ਠੀਕ ਹੈ, ਖੇਤੀ ਕਰਦੇ ਹਾਂ ਅਸੀਂ, ਮੱਝਾਂ ਰੱਖਦੇ ਹਾਂਗੇ, ਅਤੇ ਨਾਲੇ ਕੋਈ ਕੁਛ ਵੀ ਨਜਾਇਜ਼ ਨਹੀਂ ਮੰਗਿਆ ਜਾ ਰਿਹਾ, ਕਿਸਾਨ ਆਪਣੇ ਹੱਕ ਮੰਗ ਰਹੀ ਹੈ। ਜਿਹੜੇ ਹਿਸਾਬ ਨਾਲ ਮਹਿੰਗਾਈ ਵੱਧ ਰਹੀ ਹੈ, ਉਸ ਹਿਸਾਬ ਨਾਲ ਕੀ ਫਸਲਾਂ ਦੇ ਰੇਟ ਵਧੇ ਨੇ, ਸੋਚਣ ਵਾਲੀ ਇਹ ਗੱਲ ਹੈ ਜੀ।
ਵੀ ਜਿਹੜੇ ਹਿਸਾਬ ਨਾਲ ਮਹਿੰਗਾਈ ਵਧੀ ਆ ਵੀ ਫਸਲ ਦਾ ਰੇਟ ਉੱਨਾ ਵਧਿਆ, ਜਿੰਨੀਆਂ ਰੇਹਾਂ ਸਪਰੇਹਾਂ ਮਹਿੰਗੀਆਂ ਹੋਈਆਂ ਨੇ, ਡੀਜ਼ਲ ਮਹਿੰਗਾ ਹੋਇਆ, ਪੈਟਰੋਲ ਮਹਿੰਗਾ ਹੋਇਆ, ਵੀ ਉਹ ਹਿਸਾਬ ਨਾਲ ਫਸਲ ਦਾ ਰੇਟ ਵਧਿਆ ਜਾਂ ਨਾ ਵਧਿਆ, ਇੱਥੇ ਮੇਨ ਗੱਲ ਇਹ ਆ। ਅਤੇ ਬਾਕੀ ਜਿਹੜੀਆਂ ਮੇਨ ਮੁੱਖ ਫਸਲਾਂ ਨੇ ਉਹਦਾ ਜਿਹੜਾ ਮੇਨ ਜਿਹੜਾ ਰੋਲ ਆ MSP ਦਾ ਹੈਗਾ। ਕੋਈ ਵੀ ਨਜਾਇਜ਼ ਮੰਗ ਤਾਂ ਮੰਗੀ ਨਹੀਂ ਗਈ, ਫਿਰ ਆ ਕੇ ਕੁਛ ਲੋਕ ਕਹਿੰਦੇ ਨੇ ਵੀ ਇਸ ਦੇਸ਼ ਦੇ ਵਿੱਚ ਇਕੱਲੇ ਕਿਸਾਨ ਰਹਿੰਦੇ ਨੇ, ਹੋਰ ਕੋਈ ਰਹਿੰਦਾ ਨਹੀਂ, ਇਕੱਲੇ ਕਿਸਾਨ ਰਹਿੰਦੇ ਨੇ। ਕਿਉਂਕਿ ਜੀ ਜਿਹੜਾ ਕਿਸਾਨ ਆ ਉਹ ਸਾਡਾ ਅੰਨਦਾਤਾ ਹੈ, ਸਭ ਦਾ ਕਿਸਾਨ ਨੇ ਢਿੱਡ ਭਰਨਾ। ਪਹਿਲਾਂ ਕਿਸਾਨ ਹੈ ਨਾ ਆਪਦੇ ਜਿਹੜੀ ਖਾਣ ਯੋਗੀ ਵੀ ਫਸਲ ਕਿਸਾਨ ਮਸਾਂ ਘਰ ਰੱਖਦਾ, ਉਹ ਸਾਰੀ ਉਹਨੂੰ ਐਂ ਹੁੰਦਾ ਵੀ ਮੈਂ ਮੰਡੀ 'ਚ ਵੇਚ ਕੇ ਆਵਾਂ, ਚਾਰ ਪੈਸੇ ਬਣਨ, ਹੈ ਨਾ। ਅਤੇ ਉਹ ਮੰਡੀ 'ਚ ਵੇਚੀ ਹੋਈ ਫਸਲ ਸਾਰੀ ਅੱਗੇ ਤੱਕ ਪਹੁੰਚਦੀ ਆ। ਜੇ ਅੱਜ ਪੰਜਾਬ ਦਾ ਕਿਸਾਨ ਬੰਦ ਕਰ ਦਿੰਦਾ, ਉਹ ਫਸਲ ਉਗਾਉਣੀਆਂ ਬੰਦ ਕਰ ਦਿੰਦਾ, ਦੁਨੀਆਂ ਦੇ ਵਿੱਚ ਭੁੱਖਮਰੀ ਫੈਲ ਜੂ, ਇਹ ਗੱਲ ਵੀ ਕਦੇ ਭੁੱਲਣੀ ਨਹੀਂ ਚਾਹੀਦੀ। ਦੇਖੋ ਇਹ ਧਰਨੇ 'ਤੇ ਹੈ ਨਾ ਨਹੀਂ ਜਾ ਸਕਦੇ, ਮਜਬੂਰੀਆਂ ਨੇ, ਮਾਸਟਰ ਜੀ ਜੋਬ ਕਰਦੇ ਨੇ, ਇਹ ਨਹੀਂ ਜਾ ਸਕਦੇ। ਮੈਂ ਘਰ ਦੇ ਵਿੱਚ ਇਕੱਲੀ ਹਾਂ, ਮੈਂ ਨਹੀਂ ਆਪਣੇ ਬੱਚੇ ਛੱਡ ਕੇ ਜਾ ਸਕਦੀ, ਪਰ ਹਮੇਸ਼ਾ ਕਿਸਾਨਾਂ ਦੇ ਨਾਲ ਖੜ੍ਹੇ ਹਾਂ, ਸਪੋਰਟ ਦੇ ਵਿੱਚ ਖੜ੍ਹੇ ਹਾਂਗੇ, ਖੁਦ ਕਿਸਾਨ ਹਾਂਗੇ। ਅਤੇ ਮਾਣ ਮਹਿਸੂਸ ਵੀ ਹੁੰਦਾ ਵੀ ਅਸੀਂ ਕਿਸਾਨ ਹਾਂ, ਖੇਤੀ ਕਰਦੇ ਹਾਂ, ਮੱਝਾਂ ਰੱਖਦੇ ਹਾਂ। ਕਦੇ ਮੈਂ ਹਜੇ ਤੱਕ ਅੰਬਿਕਾ ਅਤੇ ਕਦੇ ਮੈਂ ਸ਼ਰਮ ਨਹੀਂ ਮੰਨੀ, ਹੋਰ ਬਲੌਗਰ ਕੋਈ ਦਿਖਾਵੇ ਚਾਹੇ ਨਾ ਦਿਖਾਵੇ, ਮੈਂ ਗੋਹਾ ਚੱਕਦੀ ਦੇ ਬਲੌਗ ਦਿਖਾਏ, ਕੱਖ ਵੱਡੇ ਬਲੌਗ ਦਿਖਾਏ, ਕਿਉਂਕਿ ਸਾਡਾ ਇਹ ਜੱਦੀ ਪੁਸ਼ਤੀ ਧੰਦਾ ਹੈ ਅਤੇ ਸਾਨੂੰ ਇਹਦੇ ਨਾਲ ਪਿਆਰ ਹੈ। ਅਤੇ ਜਿੰਨਾ ਟਾਈਮ ਅਸੀਂ ਕੰਮ ਕਰਦੇ ਅਤੇ ਸਾਨੂੰ ਪ੍ਰਾਊਡ ਫੀਲ ਹੁੰਦਾ ਵੀ ਅਸੀਂ ਕਿਸਾਨ ਹਾਂ, ਅਸੀਂ ਕੰਮ ਕਰਦੇ ਹਾਂ ਆਪਣਾ। ਬਥੇਰੇ ਮੈਨੂੰ ਗੋਹੇ ਰਿਲੇਟਡ ਕਮੈਂਟ ਆਉਂਦੇ ਰਹੇ ਨੇ ਵੀ ਗੋਹਾ ਲੈ ਚੱਕ ਲਓ ਗੋਹਾ, ਚੰਗੇ ਭਲੇ ਪੰਜਾਬੀ ਬੰਦੇ ਹੋ ਕੇ ਵੀ ਮੈਨੂੰ ਕਮੈਂਟ ਕਰਦੇ ਸੀ ਗੋਹੇ ਦੇ ਲਈ ਵੀ ਇਹ ਗੋਹਾ ਸਿੱਟਦੇ ਕੱਖਲ ਹੈ, ਕੋਈ ਗੱਲ ਹੈ ਜੀ, ਫਲਾਨਾ ਹੈ, ਧਿਮਕਾ। ਪਰ ਇਹ ਸਾਨੂੰ ਪ੍ਰਾਊਡ ਹੋਣਾ ਚਾਹੀਦਾ ਵੀ ਅਸੀਂ ਕਿਸਾਨ ਹਾਂ ਅਤੇ ਦੁਨੀਆਂ ਦਾ ਅਸੀਂ ਢਿੱਡ ਭਰਦੇ ਹਾਂ, ਠੀਕ ਹੈ। ਦੁਬਾਰਾ ਮੈਂ ਫਿਰ ਕਹਿੰਦੀ ਹਾਂ, ਕਿਸੇ ਨੇ ਵੀ ਮੇਰੇ ਵੀਡੀਓ ਦੇ ਥੱਲੇ ਕੋਈ ਵੀ ਕਮੈਂਟ ਹੈ ਜਿਹੜਾ ਕਿਸਾਨ ਦੇ ਵਿਰੁੱਧ ਨਾ ਹੋਣਾ ਹੋਣਾ ਨਹੀਂ ਚਾਹੀਦਾ, ਠੀਕ ਹੈ ਜੀ। ਅਤੇ ਚਲੋ ਜੀ ਆਪਾਂ ਵਲੌਗ ਦਾ ਐਂਡ ਵੀ ਇੱਥੇ ਕਰਦੇ ਹਾਂ। ਵਾਹਿਗੁਰੂ ਅੱਗੇ ਆਪਾਂ ਅਰਦਾਸ ਹੀ ਕਰ ਸਕਦੇ ਹਾਂ ਵੀ ਪਰਮਾਤਮਾ ਸਭ ਦੇ ਚੁੱਲ੍ਹੇ ਜਗਦੇ ਰਹਿਣ, ਵਾਹਿਗੁਰੂ ਸੁੱਖ ਸ਼ਾਂਤੀ ਰੱਖੇ, ਅਤੇ ਜਿਹੜਾ ਇਹ ਧਰਨਾ ਜੀ ਸ਼ਾਂਤੀਮਈ ਚੱਲੇ। ਸਰਕਾਰ ਨੂੰ ਵੀ ਸੋਚਣਾ ਚਾਹੀਦਾ ਇਸ ਵਾਸਤੇ, ਕਿਉਂਕਿ ਜਿਹੜੇ ਕੁਛ ਹੱਲ ਹੁੰਦੇ ਨੇ ਹੈ ਨਾ, ਕੋਈ ਰੌਲਿਆਂ ਦੇ ਨਾਲ ਜਾਂ ਲੜਾਈਆਂ ਨਾਲ ਨਹੀਂ ਹੱਲ ਨਜਿੱਠੇ ਜਾਂਦੇ, ਬੈਠ ਕੇ ਮੀਟਿੰਗ ਹੋਵੇ ਉੱਥੇ ਕੋਈ ਇਸ ਮਸਲੇ ਦਾ ਹੱਲ ਹੋਣਾ ਚਾਹੀਦਾ ਹੈਗਾ ਵੀ ਕਿਹੜੀਆਂ ਕਿਹੜੀਆਂ ਫਸਲਾਂ 'ਤੇ ਸਾਨੂੰ MSP ਚਾਹੀਦਾ, ਇਹ ਜ਼ਰੂਰੀ ਹੈ ਜੀ। ਅਤੇ ਮੈਂ ਤਾਂ ਇਹ ਵੀ ਕਹਿੰਦੀ ਹੁੰਦੀ ਹਾਂ ਵੀ MSP ਹੈ ਜਿਹੜੀਆਂ ਇਕੱਲੀਆਂ ਫਸਲਾਂ 'ਤੇ ਨਹੀਂ, ਦੁੱਧ 'ਤੇ, ਦੁੱਧ ਦਾ ਵੀ ਸਾਨੂੰ MSP ਚਾਹੀਦਾ। ਹੁਣ ਇੱਕ ਕਿਸਾਨ ਹੈ ਮੰਨ ਲਓ, ਉਹਦੇ ਕੋਲ 2-2.5 ਏਕੜ ਜ਼ਮੀਨ ਹੈ, ਠੀਕ ਹੈ। 2-2.5 ਏਕੜ ਨਾਲ ਜੀ ਪਰਿਵਾਰ ਦਾ ਗੁਜ਼ਾਰਾ ਨਹੀਂ ਹੁੰਦਾ ਵੀ ਉਹ 5-7 ਮੱਝਾਂ ਰੱਖ ਕੇ ਨਾਲ ਹੁੰਦੇ ਦੁੱਧ ਪਾਈ ਚੱਲੇ, ਵੀ 5 ਮੱਝਾਂ ਰੱਖ ਲਈਆਂ, 10 ਮੱਝਾਂ ਰੱਖ ਲਈਆਂ, ਦੋਨੋਂ ਮੀਆਂ ਬੀਬੀ ਮੱਝਾਂ ਸਾਂਭਣ, ਦੁੱਧ ਆਪਣਾ ਡੈਰੀ 'ਚ ਪਾਉਣ, 4 ਪੈਸੇ ਆਉਣ, ਆਪਣਾ ਪਰਿਵਾਰ ਪਾਲਣ, ਆਪਣੇ ਬੱਚੇ ਪੜ੍ਹਾ ਲੈਣ, ਠੀਕ ਹੈ ਜੀ। ਥੋੜ੍ਹਾ ਮੋਟਾ ਪੈਸਾ ਬੱਚਿਆਂ ਦੇ ਅੱਗੇ ਫਿਊਚਰ ਦੇ ਲਈ, ਥੋੜ੍ਹਾ ਮੋਟਾ ਪੈਸਾ ਉਹਦੇ ਵਿੱਚੋਂ ਕੁਛ ਨਾ ਕੁਛ ਸੇਵ ਕਰ ਲੈਣ। ਸਾਰੀਆਂ ਚੀਜ਼ਾਂ ਦੇ ਰੇਟ ਨੇ ਜਿਹੜਾ ਬਹੁਤ ਜ਼ਿਆਦਾ ਵੱਧ ਰਹੇ ਨੇ, ਪਰ ਸਾਡੀ ਕਿਸਾਨ ਦੀ ਉਸ ਮਹਿੰਗਾਈ ਦੇ ਹਿਸਾਬ ਦੇ ਨਾਲ ਫਸਲਾਂ ਦੇ ਰੇਟ ਨਹੀਂ ਵੱਧ ਰਹੇ। ਅਤੇ ਬਾਕੀ ਗੱਲ ਜੇ ਅੱਜ ਕਿਸਾਨ ਹੁਣ ਕਾਫੀ ਜਿਹੜੇ ਹੈ ਨਾ ਇਸ ਕਿਸਾਨੀ ਵਾਲੇ ਜਿਹੜੀ ਮਤਲਬ ਕਿ ਇਸ ਖੇਤਰ 'ਚ ਨਹੀਂ ਹੈਗੇ, ਕਿਸੇ ਪਾਸੇ ਹੋਰ ਨੇ, ਉਹ ਵੀ ਅੱਜ ਕਹਿੰਦੇ ਨੇ ਵੀ ਕਿਸਾਨ ਰੋਜ਼ ਧਰਨਿਆਂ 'ਤੇ ਬੈਠ ਜਾਂਦਾ, ਸਾਨੂੰ ਪਰੇਸ਼ਾਨੀ ਆਉਂਦੀ ਆ, ਆਉਂਦੀ ਹੋਊ ਜੀ ਪਰੇਸ਼ਾਨੀ। ਪਰ ਜਿਸ ਦਿਨ ਇਹ ਜਿਹੜੇ ਸਾਰੇ ਕਾਨੂੰਨ ਉਲਟ ਬਣ ਗਏ, ਤੁਹਾਨੂੰ 100 ਰੁਪਏ ਕਿਲੋ ਆਟਾ ਮਿਲਿਆ, ਤੁਹਾਨੂੰ ਪਰੇਸ਼ਾਨੀ ਉਸ ਤੋਂ ਹੀ ਵੱਧ ਆਊਗੀ, ਉਸ ਤੋਂ ਵੀ ਵੱਧ ਪਰੇਸ਼ਾਨੀ ਆਊਗੀ। ਇਹ ਇਕੱਲੀ ਕਿਸਾਨ ਦੀ ਲੜਾਈ ਨਹੀਂ ਹੈਗੀ, ਜਿਹੜੀ ਅੱਜ ਆਪਾਂ ਨੂੰ ਲੱਗਦਾ ਹੋਊਗਾ ਨਾ ਵੀ ਇਕੱਲੀ ਕਿਸਾਨ ਦੀ ਲੜਾਈ ਹੈ, ਇਕੱਲੇ ਕਿਸਾਨਾਂ ਦੀ ਲੜਾਈ ਨਹੀਂ, ਸਭ ਦੀ ਲੜਾਈ ਹੈ, ਠੀਕ ਹੈ। ਇਹ ਸਾਡੀ ਜਿਹੜੀ ਪੰਜਾਬ ਦੀ ਧਰਤੀ ਹੈ, ਸਾਡੀ ਜਿਹੜੀ ਖੇਤੀ ਹੈ, ਸਰਕਾਰ ਇਹਨੂੰ ਖਤਮ ਕਰਕੇ, ਕਿਸਾਨਾਂ ਨੂੰ ਖਤਮ ਕਰਕੇ ਇਹ ਪੂੰਜੀਪਤੀਆਂ ਦੇ ਹੱਥ 'ਚ ਦੇਣਾ ਚਾਹੁੰਦੀ ਹੈ, ਤਾਂ ਕਿ ਮਰਜ਼ੀ ਦੇ ਰੇਟ ਹੋਣ ਅਤੇ ਜਿਹੜੇ ਕਿਸਾਨ ਨੇ, ਜਿਹੜੀ ਸਾਡੀ ਜਨਤਾ, ਆਪਾਂ ਮੰਗ 'ਤੇ ਬਣ ਜਾਈਏ। ਬਹੁਤ ਵੱਡੀਆਂ ਸੋਚੀਆਂ ਸਮਝੀਆਂ ਚਾਲਾਂ ਨੇ,
ਸਾਨੂੰ ਵੀ ਸਮਝਣ ਦੀ ਲੋੜ ਹੈ ਅਤੇ ਕਿਸਾਨ ਦੀ ਸਾਥ ਦੇਣ ਦੀ ਲੋੜ ਹੈ। ਨਹੀਂ ਸਾਥ ਦੇ ਸਕਦੇ ਕਿਸੇ ਨੂੰ ਬੁਰਾ ਭਲਾ ਨਾ ਕਹੋ, ਨਹੀਂ ਨਾਲ ਤੁਰ ਸਕਦੇ ਸਾਥ ਦਿਓ, ਹੈਲਪ ਕਰੋ, ਕੋਈ ਪੈਸੇ ਪੱਖੋਂ ਕੋਈ ਚੀਜ਼ ਪੱਖੋਂ ਨਹੀਂ ਕਰ ਸਕਦੇ ਕਿਸੇ ਨੂੰ ਬੁਰਾ ਭਲਾ ਵੀ ਨਾ ਕਹੋ। ਥੋੜ੍ਹੀ ਮੋਟੀ ਪਰੇਸ਼ਾਨੀ ਆਉਂਦੀ ਹੈ ਜੀ, ਮੰਨਦੇ ਆਉਂਦੇ ਹਾਂ, ਬਹੁਤ ਰੋਡ ਨੇ ਕਿਸੇ ਪਾਸੇ ਦੀ ਹੋਰ ਜਾਓ, ਪਰ ਧਰਨੇ ਲਾਉਣੇ, ਆਪਣਾ ਹੱਕ ਮੰਗਣਾ ਸਭ ਦਾ ਬਰਾਬਰ ਹੱਕ ਹੈ। ਇੱਥੇ ਸਾਡੇ ਸੰਵਿਧਾਨ ਦੇ ਵਿੱਚ ਲਿਖਿਆ ਹੋਇਆ ਵੀ ਤੁਸੀਂ ਧਰਨਾ ਲਾ ਸਕਦੇ ਹੋ, ਵਿਰੋਧ ਕਰ ਸਕਦੇ ਹੋ, ਆਪਣੇ ਹੱਕ ਨੇ ਜਿਹੜੇ ਮੰਗ ਸਕਦੇ ਹੋ। ਠੀਕ ਹੈ ਜੀ, ਅਤੇ ਚਲੋ ਜੀ, ਉਮੀਦ ਕਰਦੇ ਹਾਂ, ਵਾਹਿਗੁਰੂ ਕੀ ਅਰਦਾਸ ਕਰਦੇ ਹਾਂ ਵੀ ਸਾਰਾ ਕੁਛ ਜਲਦੀ ਠੀਕ ਹੋ ਜੇ, ਦੁਬਾਰਾ ਤੋਂ ਪੰਜਾਬ ਦਾ ਮਾਹੌਲ ਠੀਕ ਹੋ ਜੇ। ਠੀਕ ਹੈ ਜੀ, ਫਿਰ ਅੱਜ ਵਾਲੇ ਵਲੋਗ ਦਾ ਐਂਡ ਇੱਥੇ ਕਰਦੇ ਹਾਂ, ਕੱਲ੍ਹ ਨੂੰ ਨਵੇਂ ਵਲੋਗ ਨਾਲ ਮਿਲਦੇ ਹਾਂ। ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ, ਬਾਏ।